ਉਹ ਮਹਾਨ ਪਰਮੇਸ਼ਵਰ ਦੇ ਲਈ ਤਾੜੀ ਮਾਰਦੇ ਹੋਏ ਹਾਲੇਲੂਇਆ। ਉਹ ਸਵਰਗ ਦੇ ਪਰਮੇਸ਼ਵਰ ਦੇ ਲਈ ਤਾੜੀ ਮਾਰਦੇ ਹੋਏ ਹਾਲੇਲੂਇਆ। ਉਹ ਆਪਣੇ ਬਣਾਉਣ ਵਾਲੇ ਦੇ ਲਈ ਤਾੜੀ ਮਾਰਦੇ ਹੋਏ ਹਾਲੇਲੂਇਆ। ਪਰਮੇਸ਼ਵਰ ਦਾ ਆਤਮਾ ਸਾਡੇ ਵਿਚਕਾਰ ਹੈ ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਹਾਲੇਲੂਇਆ, ਮੈਂ ਉਸਦੇ ਵਿਚਕਾਰ ਮੌਜੂਦ ਹੁੰਦਾ ਹਾਂ ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ। ਆਪਣੇ ਦਿਲਾਂ ਨੂੰ ਤਿਆਰ ਕਰਦੇ ਹੋਏ ਹਾਲੇਲੂਇਆ, ਦੋ ਮਿੰਟ ਦੀ ਪ੍ਰਾਰਥਨਾ ਦੇ ਵਿੱਚ ਚਲੇ ਜਾਈਏ ਹਾਲੇਲੂਇਆ। ਉਹ ਪਰਮੇਸ਼ਵਰ ਦੇ ਹਾਲੇਲੂਇਆ ਚਰਨਾਂ ਦੇ ਵਿੱਚ ਹਾਲੇਲੂਇਆ, ਆਪਣੇ ਸਰੀਰ ਨੂੰ ਜਿਉਂਦਾ ਕਰਕੇ ਚੜਾਈਏ ਹਾਲੇਲੂਇਆ। ਇਹ ਸਰੀਰ ਪਵਿੱਤਰ ਆਤਮਾ ਦਾ ਮੰਦਿਰ ਹੈ ਹਾਲੇਲੂਇਆ। ਪਰਮੇਸ਼ਵਰ ਐਸੇ ਆਰਾਧਕਾਂ ਨੂੰ ਲੱਭਦਾ ਹੈ ਹਾਲੇਲੂਇਆ, ਜੋ ਆਤਮਾ ਤੇ ਸੱਚਾਈ ਦੇ ਨਾਲ ਉਸਦੀ ਆਰਾਧਨਾ ਕਰਦੇ ਹਨ ਹਾਲੇਲੂਇਆ। ਸਭਨਾਂ ਨੇ ਪਾਪ ਕੀਤਾ ਹਾਲੇਲੂਇਆ, ਸਭ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹਨ ਹਾਲੇਲੂਇਆ। ਪਰ ਪ੍ਰਭੂ ਯੇਸ਼ੂ ਮਸੀਹ ਦਾ ਖੂਨ, ਪ੍ਰਭੂ ਯੇਸ਼ੂ ਮਸੀਹ ਦਾ ਲਹੂ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋਏ ਦੋ ਮਿੰਟ ਪ੍ਰਾਰਥਨਾ ਦੇ ਵਿੱਚ ਜਾਈਏ ਹਾਲੇਲੂਇਆ। ਕਹੀਏ ਕਿ ਪਰਮੇਸ਼ਰ, ਜੋ ਵੀ ਮੈਂ ਤੇਰੀ ਨਿਗਾਹ ਦੇ ਵਿੱਚ ਬਦੀ ਕੀਤੀ, ਜੋ ਵੀ ਮੈਂ ਪਾਪ ਕੀਤਾ ਹਾਲੇਲੂਇਆ, ਮੈਨੂੰ ਸ਼ਮਾ ਕਰ ਦਿਓ ਹਾਲੇਲੂਇਆ। ਮੈਂ ਤੇਰਾ ਬਣਾਇਆ ਗਿਆ ਹਾਂ ਹਾਲੇਲੂਇਆ, ਮੈਂ ਤੇਰੇ ਦੁਆਰਾ ਬਣਾਇਆ ਗਿਆ ਹਾਲੇਲੂਇਆ। ਪਰਮੇਸ਼ਰ ਯਹੋਵਾ, ਅੱਜ ਮੈਂ ਤੇਰੇ ਘਰ ਦੇ ਵਿੱਚ ਆਇਆ ਹਾਂ ਹਾਲੇਲੂਇਆ, ਤੇਰੀ ਮਹਿਮਾ ਕਰਨ ਦੇ ਲਈ ਹਾਲੇਲੂਇਆ। ਮੈਂ ਬੋਝ ਦੇ ਨਾਲ ਆਇਆ ਹਾਂ, ਮੈਂ ਕਰਜ਼ ਦੇ ਨਾਲ ਆਇਆ ਹਾਂ, ਮੈਂ ਬਿਮਾਰੀ ਦੇ ਨਾਲ ਆਇਆ ਹਾਂ। ਜਦੋਂ ਆਰਾਧਨਾ ਹੋਵੇਗੀ, ਬੰਧਨ ਟੁੱਟਣਗੇ, ਸ਼ਰਾਪ ਟੁੱਟਣਗੇ ਹਾਲੇਲੂਇਆ। ਯੇਸ਼ੂ ਮਸੀਹ ਦਾ ਅਨੁਗ੍ਰਹਿ ਤੁਹਾਡੇ ਉੱਪਰ ਆਵੇਗਾ ਹਾਲੇਲੂਇਆ। ਪਰਮੇਸ਼ਰ ਦਾ ਵਚਨ ਦੱਸਦਾ, ਲਹੂ ਵਗਣ ਵਾਲੀ ਔਰਤ ਨੇ ਛੂਇਆ, ਉਹ ਚੰਗੀ ਹੋ ਗਈ, ਵਿਸ਼ਵਾਸ ਨੇ ਚੰਗੀ ਕਰ ਦਿੱਤਾ ਹਾਲੇਲੂਇਆ। ਪਰਮੇਸ਼ਰ ਦੇ ਘਰ ਦੇ ਜਾਣੇ ਵਾਲੇ ਦੇ ਕੋਲ ਵਿਸ਼ਵਾਸ ਚਾਹੀਦਾ ਹੈ। ਕਹੀਏ ਕਿ ਪਰਮੇਸ਼ਰ, ਮੇਰੇ ਵਿਸ਼ਵਾਸ ਨੂੰ ਵਧਾਓ, ਮੇਰੇ ਵਿਸ਼ਵਾਸ ਦੀ ਰਾਖੀ ਕਰੋ,